ए प्रोग्राम प्राइम एशिया टीवी दी प्रॉपर्टी है। इस दे कंटेंट नू ऑडियो या फिर वीडियो रूप विच चोरी करके यूट्यूब फेसबुक या होर किसे माध्यम राही वर्तना कॉपीराइट कानून दी उलंघना है। अजिहा करन ते कानूनी कार्रवाई की जाएगी। ਪ੍ਰਾਈਮ ਏਸ਼ੀਆ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾ ਵਾਲੀਆ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਜੀ ਸ਼ੁਕਰੀਆ। ਪੰਨੂ ਸਾਹਿਬ, ਇਸ ਵਕਤ ਜਿਹੜਾ ਸਭ ਤੋਂ ਪਹਿਲਾ ਸਵਾਲ ਹੈ ਉਹ ਮੈਂ ਤੁਹਾਨੂੰ ਕਰਨਾ ਚਾਹੁੰਦਾ। ਇੱਕ ਪੱਤਰਕਾਰਾ ਜਿਹਦੀ ਕਿ ਪਿਛਲੇ ਦਿਨੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਗੌਰੀ ਸ਼ੰਕਰ, ਉਸ ਹੱਤਿਆ ਦੇ ਪਿੱਛੇ ਕੀ ਕਾਰਨ ਤੁਹਾਨੂੰ ਲੱਗਦੇ ਆ ਅਤੇ ਉੱਥੋਂ ਦੀ ਸਰਕਾਰ ਅਤੇ ਪੁਲਿਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਉਸ ਬੀਬੀ ਲੰਕੇਸ਼ ਦਾ ਨਾਂ ਗੌਰੀ ਲੰਕੇਸ਼ ਆ ਜੀ। ਵੈਸੇ ਲੰਕੇਸ਼ ਸਾਡੇ ਦੇਸ਼ ਦੇ ਵਿੱਚ ਰਾਵਣ ਨੂੰ ਕਿਹਾ ਜਾਂਦਾ। ਰਾਵਣ ਨੂੰ ਰਾਮ ਨੇ ਮਾਰਿਆ ਸੀ ਜੀ। ਇਹ ਬੀਬੀ ਨਾ ਤਾਂ ਉਸ ਲੰਕੇਸ਼ ਵਰਗੀ ਲੰਕੇਸ਼ ਸੀ, ਉਹਨੇ 36 ਗੁਨਾਹ ਕੀਤੇ ਸੀ। ਇਹ ਬੀਬੀ ਬੜੇ ਨੇਕ ਚਾਲ ਚੱਲਣ ਵਾਲੀ ਔਰ ਦੇਸ਼ ਦਾ ਭਲਾ ਸੋਚਣ ਵਾਲੀ ਸੀ। ਨਾ ਉਹਦੇ ਵਾਂਗ ਇਹਨੂੰ ਰਾਮ ਨੇ ਮਾਰਿਆ ਜੀ, ਬਲਕਿ ਇਹਦੇ ਕਤਲ ਦਾ ਦੋਸ਼ ਉਹਨਾਂ 'ਤੇ ਲੱਗਦਾ ਜਿਹੜੇ ਰਾਜਨੀਤੀ ਵਾਸਤੇ ਰਾਮ ਦੇ ਨਾਮ ਦੀ ਦੁਰਵਰਤੋਂ ਕਰਦੇ। ਇਹ ਬੀਬੀ ਟਾਈਮਜ਼ ਆਫ ਇੰਡੀਆ ਦੇ ਵਿੱਚ ਪੱਤਰਕਾਰ ਰਹੀ ਜੀ, ਕਈ ਹੋਰਨਾਂ 'ਚ ਰਹੀ, ਬੜੇ ਉੱਚੇ ਅਹੁਦਿਆਂ 'ਤੇ ਰਹੀ। ਫਿਰ ਇਹਦੇ ਪਿਤਾ ਜੀ ਬਜ਼ੁਰਗ ਹੋ ਗਏ, ਉਹਨਾਂ ਨੇ ਆਪਣਾ ਪੱਤਰ ਜਿਹੜਾ ਅਖਬਾਰ ਸੀ ਉਹਨਾਂ ਦਾ ਲੰਕੇਸ਼ ਵੀਕਲੀ ਅਖਬਾਰ, ਉਹ ਇਹਨੂੰ ਦੇ ਦਿੱਤਾ। ਪਰਿਵਾਰ ਵਿੱਚ ਥੋੜ੍ਹੇ ਜਿਹੇ ਪ੍ਰਾਪਰਟੀ ਵੰਡਣ ਤੋਂ ਮਤਭੇਦ ਸੀ, ਇਹਨੇ ਲੰਕੇਸ਼ ਛੱਡਤਾ ਅਤੇ ਆਪਣਾ ਗੌਰੀ ਲੰਕੇਸ਼ ਸ਼ੁਰੂ ਕਰ ਦਿੱਤਾ। ਇਹ ਜਿਹੜੀ ਬੀਬੀ ਸੀ ਵਹਿਮਾਂ ਭਰਮਾਂ ਦੇ ਖਿਲਾਫ ਲਿਖਦੀ ਸੀ। ਗਊ ਹੱਤਿਆ ਦੇ ਨਾਂ ਦੇ ਉੱਤੇ ਜਿਹੜੀ ਹਿੰਸਾ ਹੁੰਦੀ ਉਹਦੇ ਖਿਲਾਫ ਲਿਖਦੀ ਸੀ ਜੀ। ਜਾਦੂ ਟੂਣੇ ਦੇ ਅੰਧ ਵਿਸ਼ਵਾਸ ਦੇ ਖਿਲਾਫ ਲਿਖਦੀ ਸੀ। ਰਾਜਨੀਤੀ ਵਿੱਚ ਧਰਮ ਅਤੇ ਜਾਤ ਦੀ ਵਰਤੋਂ ਨਹੀਂ ਦੁਰਵਰਤੋਂ ਦੇ ਖਿਲਾਫ ਲਿਖਦੀ ਸੀ। ਇਹ ਸਾਰਾ ਕੁਝ ਜੋ ਲਿਖਦੀ ਰਹੀ ਜੀ, ਇਹਦੇ ਉੱਤੇ ਜਿਨ੍ਹਾਂ ਦੇ ਖਿਲਾਫ ਲਿਖਦੀ ਸੀ ਉਹ ਚਿੜਦੇ ਵੀ ਸੀ। ਅਤੇ ਜਦੋਂ ਉਹ ਚਿੜਦੇ ਨੇ ਤਾਂ ਰਾਜਨੀਤੀ ਫਿਰ ਬਹੁਤ ਕੁਛ ਕਰਵਾ ਦਿੰਦੀ। ਸਾਡੇ ਕੋਲ ਪੁਰਾਣੇ ਕੇਸ ਨੇ, ਮਹਾਰਾਸ਼ਟਰ ਦੇ ਵਿੱਚ ਗੋਬਿੰਦ ਪਾਂਸਰੇ ਮਾਰ ਦਿੱਤਾ ਗਿਆ, ਉਹਦਾ ਕਸੂਰ ਕੀ ਸੀ? ਕਿ ਜਿਹੜੇ ਲੋਕ ਰਾਜਨੀਤੀ ਵਾਸਤੇ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਅੰਧ ਵਿਸ਼ਵਾਸ ਦੇ ਰਾਹ ਪਾਉਂਦੇ ਨੇ। ਅੰਧ ਵਿਸ਼ਵਾਸ ਕਿੱਦਾਂ ਦਾ? ਫਲਾਨੇ ਥਾਂ ਦੇ ਉੱਤੇ ਤੁਸੀਂ ਜਾਓ, ਫਲਾਨਾ ਪੁਜਾਰੀ ਤੁਹਾਡੀ ਪੂਜਾ ਕਰੇਗਾ ਅਤੇ ਤੁਸੀਂ MLA ਦੀ ਸੀਟ ਜਿੱਤ ਜਾਓਗੇ, ਅਤੇ ਫਿਰ ਤੁਸੀਂ ਫਲਾਨੇ ਤੋਂ ਕਰਾਇਓ ਅਤੇ ਫਿਰ ਮੰਤਰੀ ਵੀ ਬਣ ਜਾਓਗੇ। ਅੰਧ ਵਿਸ਼ਵਾਸ ਇੱਕ ਇੱਥੋਂ ਦਾ ਪੱਧਰ ਹੈ। ਦੂਜਾ ਇਹ ਹੈ ਕਿ ਤੁਹਾਡੇ ਆਂਢ ਗੁਆਂਢ ਕਿਸੇ ਥਾਂ 'ਤੇ ਖਜ਼ਾਨਾ ਦੱਬਿਆ, ਉਹਦੇ ਵਾਸਤੇ ਕਿਸੇ ਦੇ ਬੱਚੇ ਦੀ ਬਲੀ ਦਿਓ, ਖਜ਼ਾਨਾ ਲੱਭੋ, ਅਤੇ ਜੇ ਬੇਗਾਨਾ ਬੱਚਾ ਨਹੀਂ ਲੱਭਦਾ ਤਾਂ ਆਪਣੇ ਦੀ ਦੇ ਦਿਓ। ਸਾਡੇ ਭਾਰਤ ਵਿੱਚ ਇੱਦਾਂ ਦੇ ਕਿੰਨੇ ਕੇਸ ਹੋ ਚੁੱਕੇ। ਅਜੇ 3 ਮਹੀਨੇ ਪਹਿਲਾਂ ਪੰਜਾਬ ਵਿੱਚ ਵੀ ਇੱਦਾਂ ਦਾ ਇੱਕ ਕੇਸ ਹੋ ਚੁੱਕਾ ਕਿ ਬੇਗਾਨੇ ਬੱਚੇ ਦੀ ਬਲੀ ਦਿੱਤੀ ਗਈ ਜੀ। ਇਹ ਵੀ ਅੰਧ ਵਿਸ਼ਵਾਸ। ਇਸ ਅੰਧ ਵਿਸ਼ਵਾਸ ਨੂੰ ਰਾਜਨੀਤੀ ਵਾਸਤੇ ਜਿੱਦਾਂ ਵਰਤਿਆ ਜਾ ਰਿਹਾ ਸੀ, ਗੋਬਿੰਦ ਪਾਂਸਰੇ ਇਹਦੇ ਖਿਲਾਫ, ਅੰਧ ਸ਼ਰਧਾ ਦੇ ਖਿਲਾਫ ਇੱਕ ਕਾਨੂੰਨ ਪਾਸ ਕਰਾਉਣ ਦੀ ਲੜਾਈ ਲੜਦਾ ਪਿਆ ਸੀ, ਜਿਹੜਾ ਸਰਕਾਰ ਨੇ ਮੰਨ ਲਿਆ ਸੀ ਪਾਸ ਕਰਾਂਗੇ। ਪਰ ਕਾਂਗਰਸ ਅਤੇ ਭਾਜਪਾ ਦੋਵਾਂ ਦੇ ਵਿੱਚੋਂ ਜਿਹੜੇ ਕੱਟੜਪੰਥੀ ਸੀ ਉਹਨਾਂ ਨੇ ਪਾਸ ਨਹੀਂ ਸੀ ਹੋਣ ਦਿੱਤਾ। ਗੋਬਿੰਦ ਪਾਂਸਰੇ ਦਾ ਕਤਲ ਹੋ ਗਿਆ, ਕਾਤਲ ਅੱਜ ਤੱਕ ਨਹੀਂ ਲੱਭੇ, ਪਰ ਉਸ ਕਤਲ ਤੋਂ ਬਾਅਦ ਲੋਕਾਂ ਦਾ ਇੰਨਾ ਦਬਾਅ ਪਿਆ ਕਿ ਸਰਕਾਰ ਨੂੰ ਕਾਨੂੰਨ ਪਾਸ ਕਰਨਾ ਪਿਆ, ਲਾਗੂ ਅਜੇ ਵੀ ਨਹੀਂ ਕੀਤਾ। ਹੁਣ ਇਹ ਗੌਰੀ ਲੰਕੇਸ਼ ਇਸ ਤਰ੍ਹਾਂ ਦੀਆਂ ਤਾਕਤਾਂ ਦੇ ਖਿਲਾਫ ਲੜਦੀ ਸੀ। ਜਿਹੜੇ ਕਰਨਾਟਕਾ 'ਚ ਇਹ ਮਾਰੀ ਗਈ, ਇਸੇ ਕਰਨਾਟਕਾ 'ਚ ਥੋੜ੍ਹਾ ਸਮਾਂ ਪਹਿਲਾਂ ਇੱਕ ਯੂਨੀਵਰਸਿਟੀ ਦਾ ਸਾਬਕਾ ਵਾਈਸ ਚਾਂਸਲਰ ਕੁਲਬੁਰਗੀ ਮਾਰਿਆ ਗਿਆ। ਜਿਹੜੀ ਲੜਾਈ ਉੱਥੇ ਗੋਬਿੰਦ ਪਾਂਸਰੇ ਲੜਦਾ ਸੀ ਉਹ ਲੜਾਈ ਕੁਲਬੁਰਗੀ ਲੜਦਾ ਸੀ, ਅਤੇ ਉਹ ਲੜਾਈ ਇਹ ਗੌਰੀ ਲੰਕੇਸ਼ ਲੜ ਰਹੀ ਸੀ ਜੀ। ਕੇਸ ਗੋਬਿੰਦ ਪਾਂਸਰੇ 'ਤੇ ਵੀ ਬਣੇ, ਕੁਲਬੁਰਗੀ 'ਤੇ ਵੀ ਬਣੇ, ਅਤੇ ਹੁਣ ਗੌਰੀ ਲੰਕੇਸ਼ ਦੇ ਉੱਤੇ ਵੀ ਬਣੇ ਹੋਏ ਸਨ। ਭਾਰਤ ਅੱਗੇ ਜਾਣ ਦੀ ਥਾਂ ਹੌਲੀ ਹੌਲੀ ਪਿੱਛੇ ਨੂੰ ਖਿਸਕ ਰਿਹਾ ਜੀ। ਸਾਡਾ ਸੰਵਿਧਾਨ ਇਹ ਕਹਿੰਦਾ, ਜਿਹੜੇ ਇਹਦੇ ਮੂਲ ਡਾਇਰੈਕਟਿਵ ਤੱਤ ਨੇ
ਉਹਨਾਂ 'ਚ ਸ਼ਾਮਿਲ ਹੈ ਕਿ ਭਾਰਤ ਸਰਕਾਰ ਆਪਣੇ ਨਾਗਰਿਕਾਂ ਦੇ ਵਿੱਚ ਸਾਇੰਟੀਫਿਕ ਸੋਚ ਡਿਵੈਲਪ ਕਰਨ ਵਾਸਤੇ ਯਤਨ ਕਰੇਗੀ ਜੀ। ਅਤੇ ਸਰਕਾਰ ਸਾਇੰਟੀਫਿਕ ਸੋਚ ਦੀ ਥਾਂ 'ਤੇ ਇਹ ਕਹਿੰਦੀ ਹੈ ਕਿ ਜੋਤਿਸ਼ ਵੀ ਇੱਕ ਵਿਗਿਆਨ ਹੈ। ਜੇ ਜੋਤਿਸ਼ ਵਿਗਿਆਨ ਹੋਵੇ ਤਾਂ ਫਿਰ ਜੋਤਿਸ਼ੀਆਂ ਨੂੰ ਆਪਣਾ ਤਾਂ ਪਤਾ ਹੋਣਾ ਚਾਹੀਦਾ। ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਕੱਲ੍ਹ ਅਮਰੀਕਾ 'ਚ ਇੱਕ ਹਾਦਸੇ 'ਚ 5 ਜਣੇ ਮਾਰੇ ਗਏ ਜੀ। 5 ਪੰਜਾਬੀ ਨੇ, 4 ਹੁਸ਼ਿਆਰਪੁਰ ਦੇ, 1 ਨਕੋਦਰ ਦੇ। ਚੱਲੇ ਕਿੱਥੇ ਸਨ? ਕਿਸੇ ਦੇ ਘਰ ਪੂਜਾ ਪਾਠ ਕਰਨ। ਉਹਨਾਂ 5 ਦੇ ਵਿੱਚ ਇੱਕ ਜੋਤਿਸ਼ ਵਿਗਿਆਨ ਦਾ ਮਾਹਰ ਸੀ ਜਿਹਨੇ ਜਾ ਕੇ ਪੂਜਾ ਕਰਨੀ ਸੀ। ਜੇ ਜੋਤਿਸ਼ ਵਿਗਿਆਨ ਦੇ ਉਸ ਮਾਹਰ ਨੂੰ ਇਹ ਨਹੀਂ ਪਤਾ ਕਿ 15 ਮਿੰਟਾਂ ਬਾਅਦ ਮੇਰੇ ਨਾਲ ਕੀ ਵਾਪਰਨ ਵਾਲਾ, ਉਹਦੀ ਮੌਤ ਦਾ ਅਫਸੋਸ ਹੈ ਜੀ। ਪਰ ਦੂਸਰੀ ਗੱਲ ਇਹ ਵੀ ਹੈ, ਜਲੰਧਰ ਵਿੱਚ ਇੱਕ ਜੋਤਿਸ਼ੀ, ਉਹਦੇ ਬਾਹਰ ਭੀੜ ਲੱਗੀ ਹੋਈ ਹੱਥ ਵਿਖਾਉਣ ਵਾਲਿਆਂ ਦੀ, ਰੋਜ਼ ਉਹਦੇ ਕੋਲ 150-200 ਬੰਦੇ ਆਉਂਦੇ ਸਨ। ਅਤੇ ਇੱਕ ਦਿਨ ਬਾਹਰ ਭੀੜ ਲੱਗੀ ਅਤੇ ਪੁਲਿਸ ਆਈ ਅਤੇ ਉਹਨੂੰ ਗ੍ਰਿਫਤਾਰ ਕਰਕੇ ਲੈ ਗਈ। ਉਹਨੂੰ ਇਹ ਪਤਾ ਹੀ ਨਹੀਂ ਸੀ ਕਿ ਅੱਜ ਮੈਨੂੰ ਪੁਲਿਸ ਗ੍ਰਿਫਤਾਰ ਕਰਨ ਵਾਲੀ ਹੈ ਜੀ। ਇਹਦੇ ਬਾਵਜੂਦ ਕੁਛ ਲੋਕ ਕਹਿੰਦੇ ਆ ਜੀ ਜੋਤਿਸ਼ ਵੀ ਇੱਕ ਵਿਗਿਆਨ ਹੈ। ਕਰਨਾਟਕਾ ਦੇ ਵਿੱਚ BJP ਦੀ ਨੈਸ਼ਨਲ ਐਗਜੈਕਟਿਵ ਦੀ ਮੀਟਿੰਗ ਹੋਈ ਸੀ ਪ੍ਰਧਾਨ ਮੰਤਰੀ ਦਾ ਉਮੀਦਵਾਰ ਤੈਅ ਕਰਨ ਵਾਸਤੇ 2009 'ਚ, ਅਤੇ ਲਾਲ ਕ੍ਰਿਸ਼ਨ ਅਡਵਾਨੀ ਦਾ ਨਾਂ ਪਾਸ ਕਰਨਾ ਸੀ 5-star ਹੋਟਲ ਜਿਹੜੇ 'ਚ ਉਹਨੂੰ ਠਹਿਰਾਇਆ ਗਿਆ। ਜੋਤਿਸ਼ ਦੇ ਮਾਹਰਾਂ ਨੇ, ਵਾਸਤੂ ਕਲਾ ਵਾਲਿਆਂ ਨੇ ਆਖਿਆ ਕਿ ਬਾਕੀ ਸਾਰਾ ਕੁਝ ਠੀਕ ਹੈ, ਕਮਰਾ ਨੰਬਰ ਵੀ ਠੀਕ ਹੈ, ਇਹਦੀ ਟਾਇਲਟ ਸੀਟ, ਉਹਦੀ ਦਿਸ਼ਾ ਨਹੀਂ ਠੀਕ, ਡਾਇਰੈਕਸ਼ਨ ਇਹ ਨਾਰਥ ਦੇ ਬਜਾਏ ਈਸਟ ਵੱਲ ਕਰਨੀ ਚਾਹੀਦੀ ਹੈ, ਚੜ੍ਹਦੀ ਕਲਾ ਜਾਵੇਗਾ ਫਿਰ ਜਿੱਤ ਜਾਵੇਗਾ। ਇਹਨਾਂ ਕੁਝ ਕਰਨ ਤੋਂ ਬਾਅਦ ਵੀ ਅਡਵਾਨੀ ਪ੍ਰਧਾਨ ਮੰਤਰੀ ਨਾ ਬਣ ਸਕਿਆ। ਹਮ ਵਫਾ ਕਰਕੇ ਵੀ ਤਨਹਾ ਰਹਿ ਗਏ, ਦਿਲ ਕੇ ਅਰਮਾ ਆਂਸੂਆਂ ਮੇਂ ਬਹਿ ਗਏ, ਕਲਾ ਕਿੱਥੇ ਚਲੀ ਗਈ? ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਬਿਹਾਰ ਦਾ ਇੱਕ ਮੰਤਰੀ ਹੁੰਦਾ ਸੀ ਮਿਸਟਰ ਓਝਾ। ਓਝਾ ਬਿਹਾਰ UP 'ਚ ਕਹਿੰਦੇ ਉਹਨਾਂ ਨੂੰ ਜਿਹੜੇ ਝਾੜ ਫੂਕ ਕਰਦੇ ਆ, ਟੂਣਾ ਤਵੀਤ ਕਰਦੇ ਆ, ਡੋਲੀਆਂ ਖਿਡਾਉਂਦੇ ਆ, ਜੰਤਰ ਮੰਤਰ ਖਿਡਾਉਂਦੇ ਆ, ਸਿਰ ਘੁਮਾਉਂਦੇ, ਕੇਂਦਰ ਦਾ ਮੰਤਰੀ ਹੁੰਦੇ ਆ, ਸਾਰੇ ਕੱਪੜੇ ਉਤਾਰ ਕੇ ਇਕੱਲੇ ਕੱਛੇ ਦੇ ਨਾਲ ਔਰ ਕਾਲੇ ਕੱਛੇ ਨਾਲ ਆਪਣੇ ਸਾਰੇ ਸਰੀਰ 'ਤੇ ਤੇਲ ਮਲ ਕੇ, ਹੱਥ 'ਚ ਗੰਡਾਸਾ ਫੜ ਕੇ, ਅਤੇ ਉਹਨੇ ਸਾਰੇ ਦੇਸ਼ ਦੇ ਮੰਤਰੀਆਂ ਦਾ ਸੰਮੇਲਨ ਜਿਹੜਾ ਸੀ, ਜਿਹੜੇ ਓਝਿਆਂ ਦਾ ਸੰਮੇਲਨ ਸੀ, ਉਹਦੇ 'ਚ ਨਾਚ ਕੀਤਾ ਸੀ। ਇਹ ਸਾਡਾ ਹਿੰਦੁਸਤਾਨ ਹੈ, ਇੱਥੇ ਬਹੁਤ ਔਖਾ। ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਉਹਨੂੰ ਲੋਕ ਕਹਿੰਦੇ ਆ ਤੁਸੀਂ ਬਹਾਦਰ ਹੀ ਹੋ, ਅਜੇ ਵੀ ਬੋਲੀ ਜਾਂਦੇ, ਇਹਦਾ ਮਤਲਬ ਵੀ ਹੁਣ ਤਾਂ ਬੋਲਣ ਦਾ ਮੌਕਾ ਨਹੀਂ ਰਹਿ ਗਿਆ। ਗੌਰੀ ਲੰਕੇਸ਼ ਨੂੰ ਵੀ ਆਖਿਆ ਜਾਂਦਾ ਸੀ, ਹੁਣ ਗੌਰੀ ਲੰਕੇਸ਼ ਦਾ ਕਤਲ ਹੋ ਗਿਆ। ਇੱਕ ਪਾਸੇ ਉਹਦਾ ਕਤਲ ਹੋ ਗਿਆ, ਅੰਧ ਰਾਸ਼ਟਰ ਜਿਹੜੀਆਂ ਸ਼ਰਧਾ ਦੀਆਂ ਤਾਕਤਾਂ ਨੇ ਉਹਨਾਂ ਦੇ ਖਿਲਾਫ ਲੜਦੀ ਜਾਨ ਦੇ ਗਈ ਹੈ ਜੀ। ਅਸੂਲ 'ਤੇ ਪਹਿਰਾ ਦਿੱਤਾ, ਸਾਰੀ ਉਮਰ ਉੱਤੇ ਕੋਈ ਕਰਪਸ਼ਨ ਦਾ ਚਾਰਜ ਨਹੀਂ, ਕੋਈ ਅਖਲਾਕੀ ਚਾਰਜ ਨਹੀਂ ਜੀ। ਜਦੋਂ ਉਹ ਮਰ ਗਈ ਹੈ ਅਤੇ ਅੰਧ ਸ਼ਰਧਾ ਦੀਆਂ ਤਾਕਤਾਂ ਨੇ ਸੋਸ਼ਲ ਮੀਡੀਆ 'ਤੇ ਉਹਦੇ ਖਿਲਾਫ ਇੱਦਾਂ ਦੀਆਂ ਗੰਦੀਆਂ, ਇੱਦਾਂ ਦੀਆਂ ਘਟੀਆ ਗੱਲਾਂ ਪਾਈਆਂ ਨੇ ਕਿ ਮੈਂ ਉਹਨਾਂ ਦਾ ਜ਼ਿਕਰ ਨਹੀਂ ਕਰ ਸਕਦਾ। ਜੇ ਕਿਤੇ ਦੋ ਬੰਦੇ ਬੈਠੇ ਹੋਣ ਲੱਗ ਗਏ, ਔਰਤ ਕੋਈ ਨਾ ਹੋਵੇ, ਉਹ ਵੀ ਉੱਦਾਂ ਦੀ ਗੱਲ ਦਾ ਜ਼ਿਕਰ ਕਰਨ ਲੱਗਿਆਂ ਸੋਚ ਕੇ ਕਰਨਗੇ, ਜ਼ਬਾਨ ਗੰਦੀ ਹੁੰਦੀ ਹੈ, ਉਹਦੇ ਬਾਰੇ ਆਹ ਗੱਲਾਂ ਪਾਈਆਂ ਗਈਆਂ ਜੀ। ਯਾਨੀ ਇਹ ਤਾਕਤਾਂ ਜਿਹੜੀਆਂ ਨੇ, ਅੰਧ ਸ਼ਰਧਾ ਦੀਆਂ, ਹਨੇਰੇ ਦੀਆਂ ਤਾਕਤਾਂ, ਉਹ ਅਜੇ ਵੀ ਆਪਣੀ ਥਾਂ ਦੇ ਉੱਤੇ ਰੁਕ ਨਹੀਂ ਰਹੀਆਂ। ਪਰ ਬਹੁਤ ਪਹਿਲਾਂ ਇੱਕ ਜੁਝਾਰੂ ਕਵੀ ਨੇ ਆਖਿਆ ਸੀ, ਹੌਸਲੇ ਪੈ ਖੇਡਦੇ ਨੇ ਕਾਲੀਆਂ ਰਾਤਾਂ ਦੇ ਨਾਲ, ਇਹ ਭਰੋਸਾ ਹੈ ਮੇਰਾ ਰੋਸ਼ਨ ਸਵੇਰੇ ਆਉਣਗੇ। ਅਸੀਂ ਗੋਬਿੰਦ ਪਾਂਸਰੇ, ਕਲਬੁਰਗੀ, ਗੌਰੀ ਲੰਕੇਸ਼, ਕੱਲ੍ਹ ਨੂੰ ਕੋਈ ਹੋਰ ਵੀ ਹੋ ਸਕਦਾ, ਇੰਨਿਆਂ ਦੀਆਂ ਮੌਤਾਂ, ਇੰਨਿਆਂ ਦੇ ਕਤਲਾਂ ਤੋਂ ਬਾਅਦ ਵੀ ਇਹ ਗੱਲ ਦਾਅਵੇ ਨਾਲ ਕਹਿੰਦੇ ਹਾਂ ਕਿ ਹੌਸਲੇ ਪੈ ਖੇਡਦੇ ਨੇ ਕਾਲੀਆਂ ਰਾਤਾਂ ਦੇ ਨਾਲ, ਇਹ ਭਰੋਸਾ ਹੈ ਮੇਰਾ ਰੋਸ਼ਨ ਸਵੇਰੇ ਆਉਣਗੇ, ਇੱਕ ਦਿਨ ਜ਼ਰੂਰ ਆਉਣਗੇ। ਜੀ ਵਾਕਿਆ ਜੀ, ਪੰਨੂ ਸਾਹਿਬ, ਇਹ ਤੁਸੀਂ ਜਿਸ ਹਿਸਾਬ ਨਾਲ ਉਹਨਾਂ ਦੇ ਸਾਰਾ ਬੈਕਗਰਾਊਂਡ ਦੱਸੀ ਜਾਣ, ਜਿਸ ਹਿਸਾਬ ਨਾਲ ਤੁਸੀਂ ਦੱਸਿਆ ਕਿ ਜਿਹੜਾ ਹਨੇਰਿਆਂ ਦੇ ਖਿਲਾਫ ਅਜੇ ਵੀ ਲੋਕ ਮਸ਼ਾਲਾਂ ਜਗਾ ਕੇ ਬੈਠੇ ਨੇ, ਉਹ ਕਿਤੇ ਨਾ ਕਿਤੇ ਕਾਮਯਾਬ ਜ਼ਰੂਰ ਹੋਣਗੇ। ਫਿਲਹਾਲ ਵੇਲਾ ਇੱਕ ਬ੍ਰੇਕ ਦਾ ਜੀ, ਬ੍ਰੇਕ ਤੋਂ ਬਾਅਦ ਆਪਾਂ ਦੁਬਾਰਾ ਮਿਲਦੇ ਹਾਂ, ਬਣੇ ਰਹੋ ਸਾਡੇ ਨਾਲ ਪ੍ਰਾਈਮ ਏਸ਼ੀਆ TV 'ਤੇ। ਇਫ ਯੂ ਲਾਈਕ ਦਿਸ ਵੀਡੀਓ ਪਲੀਜ਼ ਸਬਸਕ੍ਰਾਈਬ ਦ ਚੈਨਲ, ਲਾਈਕ ਐਂਡ ਸ਼ੇਅਰ ਦਿਸ ਵੀਡੀਓ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਫੰਨੂ ਵਿੱਚ। ਮੈਂ ਦੱਸਦਿਆਂ ਜੀ ਕਿ ਇਸ ਪ੍ਰੋਗਰਾਮ ਨੂੰ ਤੁਸੀਂ
ਲਾਈਵ ਹੀ ਦੇਖ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਨਾਲ ਦੀ ਨਾਲ ਜਦੋਂ ਕਿਤੇ ਤੁਹਾਡਾ ਸਮਾਂ ਨਾ ਲੱਗੇ ਤਾਂ ਤੁਸੀਂ ਬਾਅਦ ਦੇ ਵਿੱਚ ਯੂਟਿਊਬ 'ਤੇ ਜਾ ਕੇ ਵੀ ਸਾਡੇ ਸਾਰੇ ਪੁਰਾਣੇ ਪ੍ਰੋਗਰਾਮ ਜਿਹੜੇ ਉਹ ਦੇਖ ਸਕਦੇ ਹੋ। ਬਨੂ ਸਾਹਿਬ ਜੇ ਹੁਕਮ ਕਰੋ ਤਾਂ ਅਗਲਾ ਸਵਾਲ ਪੁੱਛਾਂ ਜੀ। ਇਹ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਨਾਲ ਸੰਬੰਧਿਤ ਹੈ ਜੀ। ਉੱਥੇ ਹੁਣ ਜੋ ਕੁਛ ਹੁਣ ਤੱਕ ਨਹੀਂ ਸੀ ਮੰਨਿਆ ਜਾ ਰਿਹਾ, ਪਰ ਹੁਣ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਿਆ ਕਿ ਮੰਨਣਾ ਪੈਣਾ। ਉੱਥੋਂ ਦੇ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਹੋਰਾਂ ਨੇ ਕਿਹਾ ਕਿ ਦੇਸ਼ ਨੂੰ ਸੰਸਾਰ ਭਰ ਦੇ ਵਿੱਚ ਜਿਹੜੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ, ਜੇ ਆਪਾਂ ਉਹਦੇ ਤੋਂ ਬਚਣਾ ਅਤੇ ਦਹਿਸ਼ਤਗਰਦਾਂ ਦੇ ਵਿਰੁੱਧ ਕਾਰਵਾਈ ਕਰਨੀ ਪੈਣੀ, ਇਹ ਤੋਂ ਆਪਾਂ ਕੀ ਅੰਦਾਜ਼ਾ ਲਾਈਏ? ਬੜਾ ਲੰਮਾ ਸਮਾਂ ਗੁਜ਼ਾਰ ਕੇ ਹੁਣ ਅਕਲ ਆਈ ਹੈ। ਪਾਕਿਸਤਾਨ ਦੇ ਵਿੱਚ ਜਿੰਨਾ ਅਲਾਮਾ ਇਕਬਾਲ ਨੂੰ ਮਾਣ ਸਨਮਾਨ ਦਿੱਤਾ ਜਾਂਦਾ, ਹੋਰ ਤਾਂ ਨਹੀਂ ਕਿਸੇ ਨੂੰ ਦਿੱਤਾ ਜਾਂਦਾ। ਇਕਬਾਲ ਜਿਹੜਾ ਸੀ ਉਹ ਸ਼ਾਇਰ ਵੀ ਸੀ, ਹਾਜ਼ਰ ਜਵਾਬ ਸੀ। ਇੱਕ ਵਾਰੀ ਉਹ ਕਲਾਸ 'ਚ ਦੇਰ ਨਾਲ ਗਿਆ ਅਤੇ ਉਸਤਾਦ ਨੇ ਆਖਿਆ, ਇਕਬਾਲ ਦੇਰ ਕਰ ਦੇ, ਅਤੇ ਉਹਨੇ ਜਵਾਬ ਦਿੱਤਾ, ਇਕਬਾਲ ਇਕਦਮ ਨਹੀਂ ਹੁੰਦਾ, ਇਕਬਾਲ ਕਰਤੇ ਕਰਤੇ ਦੇਰ ਹੋ ਹੀ ਜਾਂਦੀ ਹੈ। ਇਕਬਾਲ ਹੁੰਦਾ ਗੁਨਾਹ ਕੀਤੇ ਦਾ, ਜੁਰਮ ਦਾ, ਪਾਪ ਦਾ, ਕਿਸੇ ਕ੍ਰਾਈਮ ਦਾ ਕਨਫੈਸ਼ਨ ਜੀ, ਕਿ ਮੈਂ ਆ ਕਰ ਬੈਠਾ, ਉਹਨੂੰ ਕਹਿੰਦੇ ਇਕਬਾਲ। ਉੱਦਾਂ ਇਕਬਾਲ ਰੁਤਬੇ ਨੂੰ ਵੀ ਕਹਿੰਦੇ ਆ, ਪਰ ਇਕਬਾਲ ਨੇ ਜਿਹੜੀ ਗੱਲ ਕੀਤੀ ਕਿ ਇਕਬਾਲ ਕਰਤੇ ਕਰਤੇ ਦੇਰ ਹੋ ਹੀ ਜਾਂਦੀ ਹੈ, ਜੇ ਗਲਤੀ ਕਰ ਲਈ ਤਾਂ ਮੰਨਦਿਆਂ ਮੰਨਦਿਆਂ ਚਿਰ ਲੱਗ ਜਾਂਦਾ। ਪਾਕਿਸਤਾਨ ਦੇ ਪਾਪ ਇਸ ਵੇਲੇ ਕੜਾ ਭਰ ਚੁੱਕਾ, ਜਿਹੜੇ ਅਮਰੀਕਾ ਦਾ ਦਿੱਤਾ ਖਾਂਦੇ, ਹੁਣ ਤਾਂ ਉਹ ਵੀ ਤਰ੍ਹਾਂ ਤਰ੍ਹਾਂ ਕਰਦੇ। ਉਹ ਕਹਿੰਦੇ ਜੀ, ਜਦੋਂ ਵੇਖੀਏ ਦੁਨੀਆ 'ਚ ਕਿਸੇ ਥਾਂ ਦੇ ਉੱਤੇ ਅੱਤਵਾਦ ਦੀ ਕੋਈ ਘਟਨਾ ਵਾਪਰਦੀ ਆ ਅਤੇ ਜਿਹੜੇ ਸੱਪ ਉੱਥੋਂ ਤੱਕ ਆਏ ਹੁੰਦੇ ਡੰਗ ਮਾਰਨ, ਉਹਨਾਂ ਦੀ ਲਕੀਰ ਪਿਛਾ ਫੋਲਦਿਆਂ ਫੋਲਦਿਆਂ ਜਾ ਕੇ ਵੇਖੋ ਤਾਂ ਵਰਮੀ ਪਾਕਿਸਤਾਨ 'ਚ ਹੁੰਦੀ ਹੈ। ਇਹਦੇ ਉੱਤੇ ਇਹਦੀ ਇੱਕੋ ਹੀ ਅਜੇ ਤੱਕ ਠਾਰ ਬਚੀ ਸੀ, ਉਹ ਚੀਨ ਵਾਲੇ ਸੀ ਜਿਹੜੇ ਹਮੇਸ਼ਾ ਇਹ ਕਹਿੰਦੇ ਸੀ ਨੇ ਪਾਕਿਸਤਾਨ ਤਾਂ ਆਪ ਅੱਤਵਾਦ ਤੋਂ ਪ੍ਰਭਾਵਿਤ ਹੈ। ਇਹਦਾ ਐਵੇਂ ਨਾਂ ਲੱਗਦਾ, ਭਗਵੰਤ ਮਾਨ ਜਦੋਂ ਲੀਡਰ ਨਹੀਂ ਸੀ ਬਣਿਆ, ਅਜੇ ਕਮੇਡੀਅਨ ਹੁੰਦਾ ਸੀ। ਇਹਦੀ ਇੱਕ ਕਮੇਡੀ ਕੈਸਟ ਵਿੱਚ ਸੀ ਕਿ ਇੱਕ ਸ਼ਾਇਰ ਬੋਲਦਾ, ਸ਼ੇਰ ਚੋਰੀ ਮੈਂ ਨਹੀਂ ਕੀਤੀ, ਮੇਰਾ ਨਾਂ ਲੱਗਦਾ। ਦੂਜਾ ਕਹਿੰਦਾ, ਤੂੰ ਪਹਿਲਾਂ ਬਹੁਤ ਕੀਤੀਆਂ ਤਾਂ ਲੱਗਦਾ। ਪਾਕਿਸਤਾਨ ਨੇ ਵੀ ਹੁਣ ਤੱਕ ਜੋ ਕੀਤਾ ਸੀ ਉਹਦਾ ਕਰਕੇ ਉਹਦਾ ਨਾਂ ਲੱਗ ਰਿਹਾ ਸੀ। ਬ੍ਰਿਕਸ ਦਾ ਸੰਮੇਲਨ ਹੁਣੇ ਹੋਇਆ ਚੀਨ ਦੇ ਵਿੱਚ ਸੋਮਵਾਰ ਜੀ, ਸਾਡੇ ਪ੍ਰਧਾਨ ਮੰਤਰੀ ਨੇ ਜਾ ਕੇ ਮੁੱਦਾ ਇਸ ਤਰ੍ਹਾਂ ਉਠਾਇਆ ਕਿ ਬਾਕੀ ਦੁਨੀਆ ਕੀ ਚੀਨ ਵਾਲੇ, ਤੁਸੀਂ ਵੀ ਪ੍ਰਭਾਵਿਤ ਹੋ। ਜਿਹੜੇ ਚੀਨ ਵਾਲੇ ਕਹਿੰਦੇ ਸੀ ਅੱਤਵਾਦ ਦਾ ਮੁੱਦਾ ਅਸੀਂ ਵਿਚਾਰਨਾ ਹੀ ਨਹੀਂ, ਉਹਨਾਂ ਨੂੰ ਵਿਚਾਰਨਾ ਵੀ ਪਿਆ, ਮਤੇ 'ਚ ਵੀ ਸ਼ਾਮਿਲ ਕਰਨਾ ਪਿਆ, ਔਰ ਨਾਲ ਉਹਨਾਂ ਜਥੇਬੰਦੀਆਂ ਦਾ ਨਾਂ ਸ਼ਾਮਿਲ ਕਰਨਾ ਪਿਆ ਜਿਨ੍ਹਾਂ ਨੂੰ ਪਾਕਿਸਤਾਨ ਕਹਿੰਦਾ ਕਿ ਉਹ ਸਮਾਜ ਸੇਵੀ ਨੇ, ਜਹਾਦੀ ਨੇ, ਉਹ ਅੱਤਵਾਦੀ ਨੇ, ਅਤੇ ਉਹ ਮੰਨਦਾ ਕਿ ਮੇਰੇ ਘਰ 'ਚ ਨੇ। ਹਕਾਨੀ ਨੈੱਟਵਰਕ ਬਾਰੇ ਲਿਖਣਾ ਪਿਆ, ਤਾਲਿਬਾਨ ਬਾਰੇ ਲਿਖਣਾ ਪਿਆ, ਅਲ ਕਾਇਦਾ ਬਾਰੇ, ਜੈਸ਼ੇ ਮੁਹੰਮਦ ਬਾਰੇ ਜੀ। ਇਹ ਮੋਦੀ ਸਾਹਿਬ ਦੀ ਚੁਸਤੀ ਹੈ ਕਿ ਇਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਦੋ ਜਥੇਬੰਦੀਆਂ ਦਾ ਨਾਂ ਲਿਖਤਾ ਜਿਨ੍ਹਾਂ ਤੋਂ ਚੀਨ ਤੰਗ ਸੀ। ਇਹਦੇ ਬਾਅਦ ਅਮਰੀਕਾ ਦਾ ਵੀ ਦਬਾਅ ਪੈ ਗਿਆ, ਉਹ ਤਾਂ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਹਮਲੇ 'ਤੇ ਹਮਲਾ ਕਰ ਰਿਹਾ ਡੋਨਲਡ ਟਰੰਪ ਜੀ, ਆਪਣੇ ਵਿਦੇਸ਼ ਮੰਤਰੀ ਤੋਂ, ਰੱਖਿਆ ਮੰਤਰੀ ਤੋਂ, ਫੌਜੀ ਕਮਾਂਡਰ ਤੋਂ ਵੀ ਕਰਾਇਆ ਸੀ। ਉਹਨੇ ਵੀ ਫਿਰ ਕਹਿਤਾ ਕਿ ਪਾਕਿਸਤਾਨ ਨੂੰ ਕੁਝ ਕਰਨਾ ਪਊ, ਅਸੀਂ ਬਹੁਤਾ ਚਿਰ ਨਹੀਂ ਵੇਖ ਸਕਦੇ। ਹੁਣ ਇਹ ਵਿਦੇਸ਼ ਮੰਤਰੀ ਖਵਾਜਾ ਆਸਿਫ ਜਿਹੜਾ ਬੋਲਿਆ, ਪਰ ਬਾਅਦ 'ਚ ਬੋਲਿਆ। ਇਹਦੇ ਤੋਂ ਕੁਛ ਘੰਟੇ ਪਹਿਲਾਂ ਪਾਕਿਸਤਾਨ ਦੀ ਫੌਜ ਦਾ ਕਮਾਂਡਰ, ਉਹਨਾਂ ਦਾ ਜਨਰਲ ਆਸਿਫ ਬਾਜਵਾ ਬੋਲਿਆ। ਆਸਿਫ ਬਾਜਵਾ ਨੇ ਆਖਿਆ, ਸਾਰੀ ਦੁਨੀਆ ਸਾਨੂੰ ਗੱਲਾਂ ਕਰਨ ਡਈ ਹੈ ਕਿ ਤੁਹਾਡੇ ਕੋਲ ਅੱਤਵਾਦੀ ਪੈਦਾ ਹੁੰਦੇ ਆ, ਤੁਸੀਂ ਅੱਤਵਾਦੀਆਂ ਨੂੰ ਪਾਲਦੇ ਆ, ਅਸੀਂ ਕਿੰਨਾ ਚਿਰ ਲੋਕਾਂ ਨੂੰ ਮੂੰਹ ਖਾਵਾਂਗੇ, ਸਾਡੀ ਨੇਸ਼ਨ ਕਿੱਧਰ ਜਾ ਰਹੀ ਹੈ। ਉਹਨੇ ਜਿਹੜੀ ਤਕਰੀਰ ਕੀਤੀ, ਉਹ ਤਕਰੀਰ ਇੱਕਦਮ ਮੀਡੀਆ 'ਤੇ ਵੀ ਆ ਗਈ ਅਤੇ ਸੋਸ਼ਲ ਮੀਡੀਆ 'ਤੇ ਵੀ ਚੜ ਗਈ। ਉਹ ਤੋਂ ਕੁਛ ਪਲ ਬਾਅਦ ਫਿਰ ਇੱਕ ਜ਼ਿੰਮੇਵਾਰ ਥਾਂ ਦੇ ਉੱਤੇ ਇੰਟਰਵਿਊ ਦਿੰਦਿਆਂ, ਖਵਾਜਾ ਆਸਿਫ ਜਿਹੜਾ ਦੇਸ਼ ਦਾ ਵਿਦੇਸ਼ ਮੰਤਰੀ ਆ, ਉਹਨੂੰ ਪੁੱਛਿਆ ਗਿਆ। ਉਹਨੇ ਬੜਾ ਆਰਾਮ ਨਾਲ ਕਿਹਾ ਕਿ ਸਾਡੀਆਂ ਸਰਕਾਰਾਂ ਤੋਂ ਪਾਕਿਸਤਾਨ ਵਿੱਚ ਗਲਤੀਆਂ ਹੋਈਆਂ ਨੇ, ਪਿਛਲੇ ਸਮੇਂ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਦੇ ਨਾਲ ਸਾਡੀ ਪੋਜੀਸ਼ਨ ਸਾਰੀ ਦੁਨੀਆ 'ਚ ਬੜੀ ਖਰਾਬ ਹੋਈ ਹੈ। ਹੁਣ ਜੇ ਅਸੀਂ ਦੁਨੀਆ ਭਰ ਦੀ ਸ਼ਰਮਿੰਦਗੀ ਤੋਂ ਬਚਣਾ ਜੀ, ਲਫ਼ਜ਼ ਸ਼ਰਮਿੰਦਗੀ ਵਰਤਿਆ ਉਹਨੇ, ਜੇ ਸਾਰੀ ਦੁਨੀਆ ਦੀ ਸ਼ਰਮਿੰਦਗੀ ਤੋਂ ਬਚਣਾ ਤਾਂ ਸਾਨੂੰ ਇਸ ਅੱਤਵਾਦ ਦੇ ਖਿਲਾਫ਼ ਕਾਰਵਾਈ ਕਰਨੀ ਪਵੇਗੀ। ਇਹਨੂੰ ਹੁਣ ਜਦੋਂ ਅਸੀਂ ਕਹਿਣਾ ਕਿ ਉਹਨਾਂ ਦਾ ਵਿਦੇਸ਼ ਮੰਤਰੀ ਖਵਾਜਾ ਆਸਿਫ ਬੋਲਿਆ, ਇਹਨੂੰ ਗ੍ਰਾਮਰ ਥੋੜ੍ਹੀ ਜਿਹੀ ਹੋਰ ਸੋਧ ਕੇ ਕਹਿਣਾ ਚਾਹੀਦਾ ਕਿ ਖਵਾਜਾ ਆਸਿਫ ਨੂੰ ਬੋਲਣਾ ਪਿਆ ਜੀ, ਜਿੱਦਾਂ ਉਹ ਕਹਿੰਦਾ ਕਿ ਸਾਨੂੰ ਕਾਰਵਾਈ ਕਰਨੀ ਪੈਣੀ ਹੈ, ਇਹ ਵੀ ਉਹ ਬੋਲਿਆ ਨਹੀਂ, ਉਹਨੂੰ ਬੋਲਣਾ ਪਿਆ, ਕਿਉਂਕਿ ਸਾਰੀ ਦੁਨੀਆ ਦੇ ਵਿੱਚ ਕੋਈ ਟਿਕਾਣਾ ਇਹੋ ਜਿਹਾ ਨਹੀਂ ਜਿੱਥੇ ਇਹਨਾਂ ਦੀ ਚਰਚਾ ਨਾ ਹੁੰਦੀ ਹੋਵੇ। ਹਰ ਕੋਈ ਇਹ ਕਹਿ ਰਿਹਾ ਕਿ ਤੁਸੀਂ ਇਹ ਕੁਝ ਕਰਦੇ। ਇਹਨਾਂ ਨੇ ਪ੍ਰੋਗਰਾਮ ਫਟਾਫਟ ਰੱਖਿਆ ਸੀ, ਬ੍ਰਿਕਸ ਦੇ ਸਮਾਗਮ ਵਿੱਚ ਪੰਜ ਦੇਸ਼ਾਂ ਨੇ ਜਿਹੜਾ ਮਤਾ ਕੀਤਾ,
ਅਤੇ ਉਹਦੇ ਵਿੱਚ 7-8 ਜਥੇਬੰਦੀਆਂ ਗਣਾਈਆਂ, 10 ਸ਼ਹਿਰ ਗਣਾਈਆਂ, ਅਤੇ ਉਹਨਾਂ 'ਚੋਂ 2 ਜਿਹੜੀਆਂ ਚੀਨ ਵਾਲੀਆਂ ਸੀ ਉਹ ਤਾਂ ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ 'ਚ ਬੈਠੀਆਂ ਨੇ ਜੀ, ਬਾਕੀ ਦੀਆਂ ਸਾਰੀਆਂ ਸਾਰੀਆਂ ਹੀ ਅਲ ਕਾਇਦਾ, ਤਾਲਿਬਾਨ, ਟੀ ਟੀ ਪੀ, ਜੈਸ਼ ਏ ਮੁਹੰਮਦ, ਹਕਾਨੀ ਨੈਟਵਰਕ, ਸਾਰੇ ਪਾਕਿਸਤਾਨ 'ਚ ਨੇ ਜੀ। ਇਹਨਾਂ ਨੇ ਪਹਿਲਾਂ ਖੜ੍ਹੇ ਪੈਰ ਉਹ ਮਤਾ ਰੱਦ ਕਰਤਾ, ਅਸੀਂ ਨਹੀਂ ਜਮਾਉਂਦੇ, ਸਾਡੇ ਕੋਲ ਇੱਥੇ ਕੋਈ ਗੜਬੜ ਨਹੀਂ। ਪਰ 24 ਘੰਟਿਆਂ 'ਚ ਅਕਲ ਟਿਕਾਣੇ ਆ ਗਈ, ਅਤੇ ਫਿਰ ਚੀਨ ਵਾਲਿਆਂ ਨੂੰ ਇਹਨਾਂ ਦਾ ਵਿਦੇਸ਼ ਮੰਤਰੀ ਮਿਲਣ ਚੱਲਿਆ, ਅਤੇ ਮਿਲਣ ਜਾਣ ਵਾਸਤੇ ਕੁਝ ਨਾ ਕੁਝ ਘਰ 'ਚ ਕੰਮ ਕਰਨਾ ਪੈਂਦਾ, ਇਹ ਥੋੜ੍ਹਾ ਜਿਹਾ ਹੋਮਵਰਕ ਹੈ ਜਿਹੜਾ ਕਰਕੇ ਚੱਲਿਆ ਕਿ ਹੁਣ ਜੀ ਅਸੀਂ ਸੁਧਰਾਂਗੇ, ਸਾਨੂੰ ਮੌਕਾ ਦਿਓ। ਮੌਕਾ ਦਿੱਤਾ ਨਾ ਦਿੱਤਾ ਬਹੁਤਾ ਫਰਕ ਨਹੀਂ ਪੈਣਾ, ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਹੀ, ਭਾਵੇਂ ਕੱਟੀਏ ਪੋਰੀਆਂ ਪੋਰੀਆਂ, ਜਿਨ੍ਹਾਂ ਨੂੰ ਇਹਨਾਂ ਨੇ ਪੈਦਾ ਕੀਤਾ, ਜੇ ਉਹਨਾਂ ਤੋਂ ਪਾਸਾ ਵੱਟ ਕੇ ਬਾਕੀ ਦੁਨੀਆਂ ਨਾਲ ਤੁਰਨ ਲੱਗੇ, ਅਤੇ ਫਿਰ ਉਹ ਸੌਖੇ ਕੀਤੇ, ਉਹ ਵੀ ਪਿੱਛੇ ਨਹੀਂ ਹਟਣ ਲੱਗੇ, ਉਹ ਵੀ ਫਿਰ ਬਿੱਲੀ ਸ਼ੀਂ ਪੜਾਇਆ ਅਤੇ ਸ਼ੀਂ ਬਿੱਲੀ ਨੂੰ ਖਾਣ ਆਇਆ, ਉਹ ਕਹਿਣਗੇ ਕਿ ਸਾਨੂੰ ਮਰਨ ਵਾਲੇ ਰਾਹ ਤੁਰ ਕੇ ਆਪ ਹੁਣ ਕਿੱਥੇ ਜਾਂਦੇ ਜੇ, ਐਡੀ ਛੇਤੀ ਉਹ ਵੀ ਖੜਾ ਨਹੀਂ ਛੱਡਣ ਲੱਗੇ। ਸੋ ਕਿਤੇ ਨਾ ਕਿਤੇ ਜਿਹੜੀ ਗੱਲ ਤੁਸੀਂ ਸ਼ੁਰੂ 'ਚ ਕਹੀ ਸੀ ਵੀ ਵਰਮੀ ਪਾਕਿਸਤਾਨ 'ਚੋਂ ਵਰਮੀ ਦੇ ਸੱਪ ਬਾਹਰ ਦੀ ਬਜਾਏ ਅੰਦਰ ਵੀ ਡੰਗ ਸਕਦੇ, ਉਹਨਾਂ 'ਚੋਂ ਇੱਕ ਧੜਾ ਤਾਂ ਹੈਗਾ ਹੀ ਹੈ ਟੀ ਟੀ ਪੀ, ਤਹਿਰੀਕੇ ਤਾਲਿਬਾਨ ਪਾਕਿਸਤਾਨ, ਉਹ ਪੁਰਾਣੇ ਤਾਲਿਬਾਨ ਨੇ ਜੀ, ਉਹ ਕਹਿੰਦੇ ਸਾਨੂੰ ਮਰਵਾਈ ਜਾਂਦੇ ਆ, ਉਹ ਇਹਨਾਂ ਨੂੰ ਡੰਗ ਮਾਰਦੇ ਪਏ ਜੀ, ਪਰ ਉਹ ਇਕੱਲੀ ਜਥੇਬੰਦੀ ਇਹਨਾਂ ਨੂੰ ਮਾਰਦੀ ਹੈ, ਬਾਕੀ ਸਾਰੀਆਂ ਬਾਹਰ ਵਾਸਤੇ ਜੀ। ਵੇਲਾ ਫਿਲਹਾਲ ਇੱਕ ਹੋਰ ਬ੍ਰੇਕ ਦਾ ਹੋ ਰਿਹਾ ਜੀ, ਬ੍ਰੇਕ ਤੋਂ ਬਾਅਦ ਆਪਾਂ ਦੁਬਾਰਾ ਮਿਲਦੇ ਹਾਂ, ਬਣੇ ਰਹੋ ਸਾਡੇ ਨਾਲ। If you like this video, please subscribe the channel, like and share this video. ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ, ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪਨੂ ਵਿੱਚ। ਪਨੂ ਸਾਹਿਬ, ਅਗਲੀ ਗੱਲ ਜਿਹੜੀ ਹੈ ਜੀ ਉਹ ਮੇਰਾ ਖਿਆਲ ਕਿਤੇ ਨਾ ਕਿਤੇ ਹੁਣ ਮੋਦੀ ਸਾਹਿਬ ਤੱਕ ਵੀ ਸੇਕ ਪਹੁੰਚੂਗਾ, ਕਿਉਂਕਿ ਗਊ ਰੱਖਿਆ ਦੇ ਨਾਂ ਦੇ ਉੱਪਰ ਆਪਾਂ ਕਦੀ ਕਿਤੇ ਹਿੰਸਕ ਘਟਨਾਵਾਂ ਦੇਖਦੇ ਰਹੇ ਹਾਂ। ਹੁਣ ਸੁਪਰੀਮ ਕੋਰਟ ਨੇ ਉਹਦੇ 'ਚ ਬੜਾ ਸਖਤੀ ਵਾਲਾ ਇਸ਼ਾਰਾ ਕੀਤਾ, ਇਹਦੇ ਤੋਂ ਤੁਹਾਨੂੰ ਹੁਣ ਕੀ ਆਸ ਲੱਗਦੀ ਹੈ ਕਿ ਕਿਤੇ ਨਾ ਕਿਤੇ ਸਰਕਾਰ ਹਿੱਲੂ? ਅਜੇ ਤੱਕ ਦੇਸ਼ ਮਹਾਤਮਾ ਗਾਂਧੀ ਨੂੰ ਰਾਸ਼ਟਰਪਿਤਾ ਮੰਨਦਾ ਜੀ, ਕੱਲ੍ਹ ਨੂੰ ਮੰਨੇਗਾ ਕਿ ਨਹੀਂ ਕੋਈ ਪਤਾ ਨਹੀਂ, ਹਾਲਾਤ ਬਦਲਦੇ ਜਾਂਦੇ। ਜਦੋਂ ਤੱਕ ਉਹ ਰਾਸ਼ਟਰਪਿਤਾ ਮੰਨਦੇ ਨੇ ਜੀ, ਉਹਨਾਂ ਚਿਰ ਤੱਕ ਉਸ ਪਰਿਵਾਰ ਦਾ ਕੋਈ ਮਾਣ ਸਨਮਾਨ ਵੀ ਹੈ। ਮਹਾਤਮਾ ਗਾਂਧੀ ਦੇ ਪੋਤਰੇ ਤੁਸ਼ਾਰ ਗਾਂਧੀ ਨੇ ਸੁਪਰੀਮ ਕੋਰਟ 'ਚ ਇੱਕ ਅਰਜ਼ੀ ਦਿੱਤੀ ਕਿ ਭੀੜਾਂ ਨੂੰ ਕੀ ਹੱਕ ਹੈ ਕਿ ਰਾਜ ਬੰਦਿਆਂ ਨੂੰ ਘੇਰ ਘੇਰ ਕੇ ਮਾਰਨ, ਜਿਹਨੂੰ ਮਰਜ਼ੀ ਕਹਿ ਦਿੰਦੇ ਆ ਕਿ ਇਹ ਤਾਂ ਗਾਵਾਂ ਲਈ ਜਾਂਦਾ ਸੀ ਜੀ, ਗਾਂ ਲਈ ਜਾਂਦਾ ਇਹਦਾ ਮਤਲਬ ਗਾਂ ਮਾਰਨੀ ਹੈ ਤਾਂ ਗਊ ਹੱਤਿਆ। ਕਿ ਪਾਕਿਸਤਾਨ ਵਿੱਚ ਲੋਕ ਗਾਵਾਂ ਦੁੱਧ ਵਾਸਤੇ ਨਹੀਂ ਪਾਲਦੇ, ਕਿ ਈਰਾਨ ਵਿੱਚ, ਇਰਾਕ ਵਿੱਚ, ਮੁਸਲਮਾਨ ਦੇਸ਼ਾਂ ਵਿੱਚ ਗਾਵਾਂ ਨਹੀਂ ਹੁੰਦੀਆਂ, ਉਹ ਸਾਰੀਆਂ ਗਾਵਾਂ ਖਾਣ ਵਾਸਤੇ ਹੁੰਦੀਆਂ, ਦੁੱਧ ਵਾਸਤੇ ਵੀ ਲੋਕ ਰੱਖਦੇ। ਇੱਥੇ ਜਿਹਨੂੰ ਮਰਜ਼ੀ ਘੇਰ ਕੇ ਮਾਰਦੇ ਜੀ, ਅਤੇ ਗਾਂ ਮਾਰਨ ਲੱਗਾ ਸੀ, ਅਤੇ ਬਾਅਦ ਵਿੱਚ ਆਪੇ ਹੀ ਲਿਆ ਕੇ ਮਾਸ ਰੱਖਦੇ ਜੀ, ਆਹ ਦਾ ਸੈਂਪਲ ਆ, ਇਹ ਗਊ ਮਾਸ ਲਈ ਜਾਂਦਾ ਸੀ। ਸੈਂਪਲ ਭਰਨਾ ਕੋਈ ਸਰਕਾਰ ਦੇ ਅਥਾਰਟੀਜ਼, ਕੋਈ ਡਾਕਟਰ, ਕੋਈ ਅਫਸਰ ਭਰਨਗੇ ਕਿ ਭੀੜ ਭਰੂਗੀ? ਇਸ ਕੇਸ ਦੇ ਉੱਤੇ ਬੜੀ ਲੰਬੀ ਚੌੜੀ ਬਹਿਸ ਹੋਈ, ਸਰਕਾਰ ਦੇ ਵਕੀਲ ਵੀ ਬੋਲੇ, ਤੁਸ਼ਾਰ ਗਾਂਧੀ ਵੱਲੋਂ ਜਿਹੜੀ ਬੀਬੀ ਵਕੀਲ ਸਿੰਦਰਾ ਜੈ ਸਿੰਘ, ਉਹਨੇ ਵੀ ਦਲੀਲਾਂ ਦਿੱਤੀਆਂ। ਅੰਤ ਨੂੰ ਸੁਪਰੀਮ ਕੋਰਟ ਨੇ ਸਰਕਾਰ ਨੂੰ ਵੀ ਇਹ ਆਖਿਆ ਕਿ ਤੁਸੀਂ ਇਹ ਕਹਿੰਦੇ ਆ ਜੀ ਪ੍ਰਧਾਨ ਮੰਤਰੀ ਸਾਹਿਬ ਨੇ ਤਾਂ ਆਖਿਆ ਕਿ ਇਸ ਤਰ੍ਹਾਂ ਭੀੜ ਵੱਲੋਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਨਾ, ਲੋਕਾਂ ਦੇ ਗਲ ਪੈਣਾ ਗਲਤ ਆ ਜੀ, ਪਰ ਸਾਨੂੰ ਤੁਸੀਂ ਇਹ ਦੱਸੋ ਕਿ ਜੇ ਸਰਕਾਰ ਦੇ ਖਿਲਾਫ਼ ਹੈ ਤਾਂ ਕਾਰਵਾਈ ਕਿਉਂ ਨਹੀਂ ਕਰਦੀ, ਇਹ ਕਤਲ ਹੋਣੇ ਰੁਕਦੇ ਕਿਉਂ ਨਹੀਂ? ਇਹ ਤਾਂ ਸਰਕਾਰ ਦਾ ਵਕੀਲ ਚੁੱਪ ਸੀ। ਉਹਦੇ ਬਾਅਦ ਸੁਪਰੀਮ ਕੋਰਟ ਨੇ ਇੱਕ ਆਰਡਰ ਜਾਰੀ ਕਰ ਦਿੱਤਾ ਕਿ ਦੇਸ਼ ਦੇ ਹਰ ਜ਼ਿਲ੍ਹੇ 'ਚ, ਇਹ ਨਹੀਂ ਆਖਿਆ ਹਰ ਸੂਬੇ 'ਚ, ਹਰ ਸੂਬੇ ਦੇ ਹਰ ਜ਼ਿਲ੍ਹੇ 'ਚ ਇੱਕ ਇੱਕ ਅਫਸਰ, ਨੋਡਲ ਅਫਸਰ ਜਿਹੜਾ ਅਪੁਆਇੰਟ ਕਰੋ ਜੀ। ਨੋਡਲ ਅਫਸਰ ਦਾ ਕੰਮ ਇਹ ਹੋਵੇ ਕਿ ਗਊ ਰੱਖਿਆ ਜਾਂ ਗਊ ਹੱਤਿਆ ਦੇ ਸਵਾਲ ਦੇ ਉੱਤੇ ਕਿਸੇ ਵਕਤ ਕਿਸੇ ਕਿਸਮ ਦੀ ਕੋਈ ਵੀ ਸੂਚਨਾ ਆਉਂਦੀ ਹੈ, ਸਾਰੇ ਕੰਮ ਛੱਡ ਕੇ ਉਹਦੇ 'ਤੇ ਕਾਰਵਾਈ ਕਰੇ, ਔਰ ਭਾਰਤ ਵਿੱਚ ਭੀੜਾਂ ਨੂੰ ਇਸ ਤਰ੍ਹਾਂ ਆਪਣੀ ਮਰਜ਼ੀ ਨਾਲ ਲੋਕਾਂ ਨੂੰ ਕੁੱਟਣ ਮਾਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਜੀ। ਇਹ ਮਸਲਾ ਇਸ ਤਰ੍ਹਾਂ ਦਾ ਸੀ ਜਿਹਦੇ ਉੱਤੇ ਬੜੇ ਚਿਰ ਦੀ ਲੋੜ ਸੀ ਕਿ ਕੋਈ ਕਾਰਵਾਈ ਕੀਤੀ ਜਾਵੇ। ਕਾਰਵਾਈ ਕਰਨਾ ਸਰਕਾਰਾਂ ਦਾ ਕੰਮ ਹੁੰਦਾ, ਕਰਨੀ ਅਦਾਲਤ ਨੂੰ ਪੈ ਰਹੀ ਹੈ। ਸਾਡਾ ਸੰਵਿਧਾਨ ਕੀ ਕਹਿੰਦਾ? ਸਰੇਆਮ ਅਦਾਲਤ ਦੇ ਗੇਟ ਦੇ ਉੱਤੇ ਵੀ ਕਿਸੇ ਬੰਦੇ ਦਾ ਕਤਲ ਹੋਇਆ ਹੋਵੇ ਜੀ, ਜੱਜ ਦੀਆਂ ਅੱਖਾਂ ਸਾਹਮਣੇ ਹੋਇਆ ਹੋਵੇ, ਜੱਜ ਜੋ ਉਸ ਬੰਦੇ ਨੂੰ ਫਾਂਸੀ ਨਹੀਂ ਦੇ ਸਕਦਾ। ਉਹਦਾ ਇੱਕ ਤਰੀਕਾ ਕਿ ਜੱਜ ਦੀ ਅਦਾਲਤ ਦੇ ਸਾਹਮਣੇ ਕਤਲ ਹੋਣ ਦੇ ਬਾਵਜੂਦ ਉਸ ਇਲਾਕੇ ਦਾ ਥਾਣਾ ਭਾਵੇਂ 5 ਕਿਲੋਮੀਟਰ ਦੂਰ ਹੋਵੇ ਜੀ, ਉੱਥੇ ਜਾ ਕੇ ਰਿਪੋਰਟ ਦਰਜ ਹੋਵੇਗੀ, ਫਿਰ ਇੱਕ ਇਨਕੁਆਇਰੀ ਅਫਸਰ ਆਵੇਗਾ, ਮੌਕਾ ਵੇਖੇਗਾ, ਨਕਸ਼ਾ ਬਣਾਵੇਗਾ, ਫਿਰ ਉਹ ਤੋਂ ਬਾਅਦ ਗਵਾਹੀਆਂ ਤਿਆਰ ਕੀਤੀਆਂ ਜਾਣਗੀਆਂ, ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਚਲਾਣ ਪੇਸ਼ ਕੀਤਾ ਜਾਵੇ, ਚਾਰਜਸ਼ੀਟ ਪੇਸ਼ ਕੀਤੀ ਜਾਵੇਗੀ। ਪੇਸ਼ ਕਰਨ ਤੋਂ ਬਾਅਦ
ਜੇ ਉਹਨੂੰ ਸਜ਼ਾ ਹੋ ਜਾਂਦੀ ਹੈ ਉਹ ਹਾਈ ਕੋਰਟ ਜਾਵੇਗਾ, ਜੇ ਹਾਈ ਕੋਰਟ ਸਜ਼ਾ ਹੋ ਜਾਂਦੀ ਸੁਪਰੀਮ ਕੋਰਟ ਜਾਵੇਗਾ, ਜੇ ਉੱਥੋਂ ਵੀ ਫਾਂਸੀ ਹੋ ਜਾਂਦੀ ਹੈ ਫਿਰ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਕਰੇਗਾ, ਜੇ ਉੱਥੋਂ ਵੀ ਕੱਟੀ ਜਾਂਦੀ ਹੈ ਤਾਂ ਫਿਰ ਫਾਂਸੀ ਦਿੱਤੀ ਜਾਵੇਗੀ। ਜਦੋਂ ਇੰਨਾ ਸੈੱਟ ਪ੍ਰੋਸੀਜਰ ਹੈ ਤਾਂ ਇਹ ਹੱਕ ਕੌਣ ਦੇ ਸਕਦਾ ਕਿ ਭੀੜ ਜੀ ਨੂੰ ਮਰਜ਼ੀ ਆਖੇ ਇਹ ਤਾਂ ਗਾਂ ਲਈ ਜਾਂਦਾ ਸੀ ਮਾਰ ਦਿਓ। ਇਹ ਕੰਮ ਪਾਕਿਸਤਾਨ 'ਚ ਹੁੰਦਾ ਕਿ ਜ਼ਮੀਨ ਦਾ ਵੀ ਝਗੜਾ ਹੋਵੇ ਅਤੇ ਆਪਣੇ ਸ਼ਰੀਕ ਨੂੰ ਉੱਥੇ ਗੋਲੀ ਮਾਰ ਕੇ ਮਾਰ ਦਿਓ ਜਾਂ ਕਿਰਪਾਨ ਨਾਲ ਵੱਢ ਦਿਓ ਅਤੇ ਆਖੋ ਜੀ ਮੇਰੇ ਸਾਹਮਣੇ ਇਹ ਅੱਲਾਹ ਦਾ ਨਾਂ ਲੈ ਕੇ ਤੌਹੀਨ ਕਰਦਾ ਸੀ, ਇਹ ਤਾਂ ਕੁਫਰ ਦਾ ਕੰਮ ਹੈ। ਜੇ ਕੋਈ ਅੱਲਾਹ ਦੇ ਖਿਲਾਫ਼, ਇਸਲਾਮ ਦੇ ਖਿਲਾਫ਼, ਕੁਰਾਨ ਦੇ ਖਿਲਾਫ਼, ਪੈਗੰਬਰ ਮੁਹੰਮਦ ਦੇ ਖਿਲਾਫ਼ ਜੇ ਕੋਈ ਬੋਲਦਾ ਤਾਂ ਤਾਂ ਕੁਫਰ ਹੈ। ਮੇਰੇ ਸਾਹਮਣੇ ਇਹ ਬੋਲਿਆ, ਮੇਰੇ ਤੋਂ ਜ਼ਰਾ ਨਹੀਂ ਕਿ ਮੈਂ ਮਾਰਤਾ ਅਤੇ ਅਦਾਲਤ ਕਹਿੰਦੀ ਜਾ ਤੁਰਿਆ ਜਾ, ਠੀਕ ਹੈ ਮਾਫ਼। ਜਿਹੜਾ ਉੱਥੋਂ ਵਾਲਾ ਫਾਰਮੂਲਾ ਇੱਥੇ, ਉੱਥੇ ਆ ਥਿਓਕ੍ਰੈਟਿਕ ਸਟੇਟ, ਇੱਕ ਧਰਮ ਦੇ ਨਾਂ 'ਤੇ ਸਟੇਟ ਚੱਲਦੀ ਹੈ। ਹਿੰਦੁਸਤਾਨ ਸੈਕੂਲਰ ਸਟੇਟ ਹੈ, ਸੰਵਿਧਾਨ ਦੇ ਮੁਤਾਬਕ ਚੱਲਦੀ ਸਟੇਟ ਹੈ। ਇਸ ਦੇਸ਼ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ। ਸੁਪਰੀਮ ਕੋਰਟ ਨੇ ਜਿਹੜਾ ਦਖਲ ਦਿੱਤਾ ਬਿਲਕੁਲ ਠੀਕ ਦਿੱਤਾ। ਠੀਕ ਦਿੱਤਾ ਪੰਨੂ ਸਾਹਿਬ, ਅਗਲੀ ਗੱਲ ਬੜੀ ਮੈਨੂੰ ਲੱਗਦਾ ਵਧੀਆ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਕਿਤੇ ਇੱਦਾਂ ਤਾਂ ਨਹੀਂ ਹੋਊਗਾ ਜਿੱਦਾਂ ਬੱਸਾਂ ਦੀ ਬਾਰੀ 'ਤੇ ਨਹੀਂ ਲਿਖਿਆ ਹੁੰਦਾ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਅਤੇ ਸ਼ਰਾਬ ਪੀ ਕੇ ਜਹਾਜ਼ ਨਾ ਚਲਾਓ ਵਾਲੀ ਗੱਲ ਤਾਂ ਨਹੀਂ ਕਿਤੇ ਆਜੂਗੀ, ਕਿਉਂਕਿ ਹੁਣ ਅਲਕੋਹਲ ਟੈਸਟ ਦੇ ਕਾਰਨ ਏਅਰ ਇੰਡੀਆ ਨੂੰ ਹੁਣ ਆਪਣੇ 130 ਪਾਇਲਟਾਂ ਦੇ ਖਿਲਾਫ਼ ਕਾਰਵਾਈ ਕਰਨ ਦੀ ਤਿਆਰੀ ਕਰਨੀ ਪਈ ਹੈ। ਇਹ ਸਾਰੇ ਕੇਸ ਕਿੱਦਾਂ ਇਹ ਕਰਨੀ ਪੈਣੀ? ਦੁਨੀਆ ਭਰ 'ਚ ਚੰਗੀਆਂ ਏਅਰਲਾਈਨਾਂ ਇਹਦੇ ਉੱਤੇ ਬਹੁਤ ਸਖਤੀਆਂ ਕਰਦੀਆਂ ਜੀ। ਇੱਕ ਵਾਰੀ BBC ਦੇ ਚੈਨਲ 4 ਨੇ ਅੱਜ ਤੋਂ 20 ਸਾਲ ਪਹਿਲਾਂ ਇੱਕ ਸਟਿੰਗ ਆਪਰੇਸ਼ਨ ਕੀਤਾ ਕਿ ਉਹਨਾਂ ਦੇ ਕੁਝ ਪਾਇਲਟ ਸਵੇਰੇ ਡਿਊਟੀ ਲੈਣੀ ਆ ਅਤੇ ਰਾਤ ਨੂੰ ਰੱਜ ਕੇ ਪੀਲੀ ਦੇ ਸਵੇਰੇ ਝੂਲਦੇ ਜਾਂਦੇ। ਉਸ ਸਟਿੰਗ ਆਪਰੇਸ਼ਨ ਨਾਲ ਤਰਥੱਲੀ ਮੱਚ ਗਈ, ਕਈ ਪਾਇਲਟ ਜਿਹੜੇ ਸੀ ਉਹਨਾਂ ਡਿਊਟੀ ਤੋਂ ਲਾਹ ਤਾ ਗਿਆ, ਬਾਅਦ 'ਚ ਕਾਫੀ ਸਜ਼ਾਵਾਂ ਦਿੱਤੀਆਂ ਗਈਆਂ ਜੀ। ਬਾਕੀ ਏਅਰਲਾਈਨਾਂ ਨੇ ਵੀ ਚੈੱਕ ਕੀਤਾ, ਗਲਤੀਆਂ ਸਭ ਥਾਵਾਂ 'ਤੇ ਹੋ ਜਾਂਦੀਆਂ, ਕਿਤੇ ਵੱਧ ਕਿਤੇ ਘੱਟ, ਪਰ ਸਾਡੇ ਹਿੰਦੁਸਤਾਨ 'ਤੇ ਰਿਵਾਜ਼ ਹੀ ਹੋ ਰਿਹਾ, ਇੱਥੇ ਕੋਈ ਪੁੱਛਦਾ ਹੀ ਨਹੀਂ। ਇੱਥੇ ਇੱਕ ਵਾਰੀ 4.5 ਘੰਟੇ ਇੰਟਰਨੈਸ਼ਨਲ ਫਲਾਈਟ ਅਮਰੀਕਾ ਨੂੰ ਜਾਣ ਵਾਲੀ, ਸਾਰੇ ਪੈਸੇਂਜਰ ਸੀਟਾਂ 'ਤੇ ਬੈਲਟਾਂ ਬੰਨ੍ਹ ਕੇ ਬੈਠੇ, 4.5 ਘੰਟੇ ਇਸ ਕਰਕੇ ਡੀਕਦੇ ਰਹੇ ਕਿ ਘਰੋਂ ਜਿਹੜਾ ਪਾਇਲਟ ਸੀ ਆਇਆ ਅਤੇ ਉਹਨੇ ਸੋਚਿਆ ਮੈਂ ਜਿਹੜੀ ਪੂਜਾ ਕਰਨੀ ਰਾਜ ਮੰਦਰ 'ਚ ਕਰ ਜੂੰਗਾ। ਉੱਥੇ ਗਿਆ ਅਤੇ ਬਾਹਰ ਨਿਕਲ ਤੱਕ ਅਗਲੇ ਪਾਸੇ ਗੱਡੀਆਂ ਨਹੀਂ ਲੱਗ ਗਈਆਂ, ਭੀੜ 'ਚੋਂ ਦੀ ਗੱਡੀਆਂ ਨਿਕਲੇ ਜੀ, ਅਤੇ ਉਹ ਏਅਰਪੋਰਟ ਨਹੀਂ ਜਾ ਸਕਿਆ। ਜੇ ਪੂਜਾ ਕਰਨੀ ਜਾਂ ਤੂੰ ਘਰ ਕਰ ਲਿਆ, ਜਦੋਂ ਤੁਰਕੇ ਜਾ ਕੇ ਕਰਿਆ ਤੂੰ ਡਿਊਟੀ ਟਾਈਮ 'ਤੇ ਸੁਆ ਕਰ ਸਕਦਾ ਜੀ, ਫਿਰ ਉੱਥੋਂ ਫੋਨ ਕਰਤਾ ਜੀ ਮੈਂ ਆ ਨਹੀਂ ਸਕਦਾ। ਇੱਦਾਂ ਦੀਆਂ ਜਿਹੜੀਆਂ ਖੁੱਲ੍ਹਾਂ ਇੱਥੇ ਮਿਲਦੀਆਂ, ਛੋਟਾਂ ਮਿਲਦੀਆਂ ਕਿ ਚੱਲ ਕੋਈ ਨਹੀਂ, ਉਹ ਚੱਲ ਕੋਈ ਨਹੀਂ ਨੇ ਕੰਮ ਇੰਨਾ ਖਰਾਬ ਕੀਤਾ ਕਿ ਹੁਣ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ ਨੇ ਇਹ ਕੇਸ ਪੜਿਆ। ਉਹਨਾਂ ਨੇ ਪੁਰਾਣੀਆਂ ਰਿਪੋਰਟਾਂ 1 ਸਾਲ ਦੀਆਂ ਵੇਖੀਆਂ, 1 ਸਾਲ ਦੀਆਂ ਰਿਪੋਰਟਾਂ 'ਚ 132 ਪਾਇਲਟ ਉਹ ਨਿਕਲੇ ਆ ਜਿਨ੍ਹਾਂ ਨੇ ਡਿਊਟੀ ਫੜਨ ਤੋਂ ਪਹਿਲਾਂ ਜਿਹੜਾ ਲਾਜ਼ਮੀ ਅਲਕੋਹਲ ਟੈਸਟ ਹੁੰਦਾ ਕਿ ਇਹਨੇ ਰਾਤੀ ਕੋਈ ਅਲਕੋਹਲ ਪੀਤੀ ਹੈ ਕਿ ਨਹੀਂ ਪੀਤੀ, 48 ਘੰਟੇ ਪਹਿਲਾਂ ਵੀ ਪੀਤੀ ਹੋਵੇ ਤਾਂ ਉਹ 'ਚ ਆ ਜਾਂਦੀ ਹੈ। 132 ਪਾਇਲਟਸ ਹੈ ਜਿਨ੍ਹਾਂ ਨੇ ਉਹ ਟੈਸਟ ਨਹੀਂ ਕਰਿਆ। ਪਾਇਲਟ ਦੇ ਨਾਲ ਜਿਹੜਾ ਕਰਿਊ ਜਾਣਾ ਹੁੰਦਾ, ਕਰਿਊ ਜਿਹੜੇ ਏਅਰ ਹੋਸਟੈਸ ਸਟੀਵਰਡ ਵਗੈਰਾ ਉੱਪਰ ਜਾਣੇ ਹੁੰਦੇ ਜੀ, ਉਹਨਾਂ ਸਾਰਿਆਂ 'ਤੇ ਵੀ ਪਾਬੰਦੀ ਹੁੰਦੀ ਹੈ, ਮੇਲ ਵੀ ਹੁੰਦੇ ਫੀਮੇਲ ਵੀ ਹੁੰਦੇ। 430 ਉਹ ਨਿਕਲੇ ਆ ਜਿਨ੍ਹਾਂ ਨੇ ਟੈਸਟ ਨਹੀਂ ਕਰਾਇਆ, ਸਿੱਧੇ ਡਿਊਟੀ ਕਰ ਲਈ ਜੀ, ਅਤੇ ਜੇ ਟੈਸਟ ਨਹੀਂ ਕਰਾਇਆ ਤਾਂ ਉਹਨਾਂ ਨੂੰ ਡਿਊਟੀ ਕਿੱਦਾਂ ਦੇ ਦਿੱਤੀ ਗਈ? ਇਹਦਾ ਮਤਲਬ ਕਿ ਆਪੋ 'ਚ ਸਾਂਝਾਂ ਚੱਲਦੀਆਂ ਨੇ, ਅਤੇ ਜੇ ਪੀ ਕੇ ਕੋਈ ਪਾਇਲਟ ਜਾਵੇਗਾ ਅਤੇ ਉਹਦੇ 'ਚ ਫਿਰ ਨੁਕਸਾਨ ਕਿਤੇ ਵੀ ਹੋ ਸਕਦਾ। ਬਿਲਕੁਲ, ਜਿਹੜਾ ਜਹਾਜ਼ ਆ ਇਹਦਾ 1 ਪਹੀਆ ਅੱਗੇ ਹੁੰਦਾ, 2 ਪਿੱਛੇ ਹੁੰਦੇ ਜੀ, ਜਾਂ ਜੇ ਵੱਡਾ ਜਹਾਜ਼ ਹੋਵੇ ਤਾਂ ਅਗਲੇ ਪਾਸੇ 2 ਪਹੀਆਂ ਦਾ ਜੁੜਾ ਹੁੰਦਾ ਅਤੇ ਪਿਛਲੇ ਪਾਸੇ ਦੋਵੇਂ ਪਾਸੇ 2-2 ਹੁੰਦੇ ਆ। ਜਦੋਂ ਇਹਨੇ ਉੱਡਣਾ ਉਦੋਂ ਵੀ ਪਹਿਲਾਂ ਸਿੰਗਲ ਉੱਡਦਾ ਅਤੇ ਮਗਰਲੇ ਜਿਹੜੇ ਉਹ ਹੌਲੀ ਹੌਲੀ ਫਿਰ ਬਾਅਦ 'ਚ ਉੱਠਦੇ ਆ, ਉਹਨਾਂ 'ਤੇ ਬੈਲੈਂਸ ਬਣਾਉਂਦਾ। ਜਦੋਂ ਲੈਂਡ ਕਰਨਾ ਉਦੋਂ ਵੀ ਮਗਰਲੇ 2 ਲੱਗਦੇ ਨੇ ਆਸੇ ਪਾਸੇ ਵਾਲੇ, ਜਦੋਂ ਬੈਲੈਂਸ ਬਣ ਜਾਂਦਾ ਅਤੇ ਅਗਲਾ ਪਹੀਆ ਜਿਹਨੂੰ ਨੋਜ਼ ਗੇਅਰ ਕਹਿੰਦੇ ਆ ਉਹ ਬਾਅਦ 'ਚ ਲੱਗਦਾ। ਗੋਆ ਦੇ ਏਅਰਪੋਰਟ ਦੇ ਉੱਤੇ ਇੱਕ ਵਾਰੀ ਇੱਕ ਬੀਬੀ ਨੇ ਆ ਕੇ ਲੈਂਡ ਕਰਨ ਲੱਗਿਆ, ਨੋਜ਼ ਗੇਅਰ ਦੇ ਉੱਤੇ ਲੈਂਡ ਕਰਤਾ, ਉਹ ਜਦੋਂ ਇਕੱਲੇ ਪਹੀਏ 'ਤੇ ਲੈਂਡ ਕੀਤਾ ਅਤੇ ਬੈਲੈਂਸ ਨਾ ਬਣਿਆ ਅਤੇ ਜਹਾਜ਼ ਉਹ ਚਲਾ ਗਿਆ ਸੀ, ਬੰਦੇ ਦੇ ਮਰਨੋਂ ਬਚ ਗਏ ਜੀ, ਪਰ ਬਾਅਦ ਵਿੱਚ ਗੱਲਾਂ ਬਹੁਤ ਨਿਕਲੀਆਂ ਸਨ। ਹੁਣ ਜਿਹੜਾ ਨਵਾਂ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ ਆਇਆ ਉਹ ਕਾਫੀ ਸਖਤ ਹੈ, ਪਰ ਉਹਨੇ ਆਉਂਦੇ ਕਹਿਤਾ ਕਿ ਮੈਂ ਡਿਊਟੀ 'ਤੇ ਰਵਾਂ ਜਾਂ ਨਾ ਰਵਾਂ, ਨੌਕਰੀ ਕਰਾਂ ਜਾਂ ਨਾ ਕਰਾਂ, ਅਫਸਰੀ ਮੇਰੇ ਕੋਲ ਰਵੇ ਨਾ ਰਵੇ, ਮੈਂ ਏਅਰਲਾਈਨ ਨੂੰ ਸੁਧਾਰ ਦੂੰਗਾ, ਏਅਰ ਇੰਡੀਆ ਦੇ ਵਿੱਚ ਮੈਂ ਇਸ ਤਰ੍ਹਾਂ ਦਾ ਕੁਛ ਨਹੀਂ ਰਹਿਣ ਦੇਣਾ, ਹਰ ਇੱਕ ਨੂੰ ਡਿਊਟੀ 'ਤੇ ਜਾਣ ਲੱਗਾ ਅਲਕੋਹਲ ਦਾ ਟੈਸਟ ਵੀ ਕਰਾਉਣਾ ਪਏਗਾ, ਬਾਕੀ ਸਾਰੀਆਂ ਗੱਲਾਂ, ਔਰ ਜਿਨ੍ਹਾਂ ਨੇ ਉਹਨਾਂ ਦਾ ਟੈਸਟ ਚੈੱਕ ਕੀਤੇ ਬਗੈਰ ਡਿਊਟੀ ਦੇ ਦਿੱਤੀ, ਕਾਰਵਾਈ ਮੈਂ ਉਹਨਾਂ ਦੇ ਖਿਲਾਫ਼ ਵੀ ਕਰੂੰਗਾ। ਉਹਨੇ ਏਅਰ ਇੰਡੀਆ ਨੂੰ ਲਿਖਤਾ ਕਿਉਂਕਿ ਉਹ ਆਪ ਸਿਵਲ ਐਵੀਏਸ਼ਨ ਦਾ, ਸਿਵਲ ਐਵੀਏਸ਼ਨ ਦੇ ਅੰਡਰ ਜੈੱਟ ਏਅਰਵੇਜ, ਇੰਡੀਗੋ ਸਾਰੀਆਂ ਹੀ ਆਉਂਦੀਆਂ ਨੇ, ਪਰ ਸਭ ਤੋਂ ਵੱਧ ਨੁਕਸ ਏਅਰ ਇੰਡੀਆ 'ਚ ਹੈ ਜਿਹੜੀ ਸਰਕਾਰ ਦੀ ਹੈ, ਇਸ ਕਰਕੇ ਉਹਨੇ ਸਭ ਤੋਂ ਪਹਿਲਾਂ ਏਅਰ ਇੰਡੀਆ ਨੂੰ ਰਗੜਾ ਬੰਨਿਆ, ਆਸ ਕਰਨੀ ਚਾਹੀਦੀ ਹੈ ਕਿ ਇਹ 'ਚੋਂ ਕੁਝ ਭਲਾ ਹੋਵੇਗਾ। ਜੀ ਕਿਆ ਬਾਤ ਆ, ਸੋ ਕੁੱਲ ਮਿਲਾ ਕੇ ਇਹ ਗੱਲ ਵਧੀਆ ਹੈ ਕਿ ਇਹ ਕੰਮ ਇੱਥੇ ਨਿਬੜ ਗਿਆ, ਨਹੀਂ ਤਾਂ ਉਹੀ ਲਿਖਾਉਣ ਵਾਲੀ ਗੱਲ ਹੋ ਜਾਣੀ ਸੀ ਵੀ ਪਾਪਾ ਜੀ ਨਾ ਸ਼ਰਾਬ ਪੀ ਕੇ ਚਲਾਓ ਜਹਾਜ਼, ਉਡਾਓ ਜਹਾਜ਼, ਐਵੇਂ ਨਾ ਪਾਲੋ ਇੱਧਰ ਉੱਧਰ ਲਿਹਾਜ਼,
ਸੋ ਕੁੱਲ ਮਿਲਾ ਕੇ ਵਧੀਆ ਗੱਲ ਹੈ ਜੀ, ਕਿਤੇ ਨਾ ਕਿਤੇ ਸਾਰਾ ਕੁਛ ਹੋਇਆ ਮੈਨੂੰ ਸਾਹਿਬ, ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਸ ਦੇ ਨਾਲ ਹੀ ਆਪਾਂ ਹੁਣ ਇਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਨੂੰ ਇੱਥੇ ਖਤਮ ਕਰਦੇ ਹਾਂ ਜੀ। ਇਸ ਪ੍ਰੋਗਰਾਮ ਦੇ ਬਾਰੇ ਆਪਣੀ ਫੀਡਬੈਕ ਜ਼ਰੂਰ ਦਿਆ ਕਰੋ। ਇਸ ਪ੍ਰੋਗਰਾਮ ਨੂੰ ਜੇ ਤੁਸੀਂ ਕਿਤੇ ਮਿਸ ਕਰ ਜਾਓ ਤਾਂ ਦੁਬਾਰਾ ਸਾਰੇ ਦਾ ਸਾਰਾ ਤੁਸੀਂ ਯੂਟਿਊਬ 'ਤੇ ਵੀ ਦੇਖ ਸਕਦੇ ਹੋ। ਇੱਧਰ ਉੱਧਰ ਹੋਵੋ ਕਿਤੇ ਪਰ ਪ੍ਰੋਗਰਾਮ ਮਿਸ ਹੁੰਦਾ ਤਾਂ ਬੜਾ ਸੌਖਾ ਅਤੇ ਆਸਾਨ ਤਰੀਕਾ ਹੈ ਕਿ ਤੁਸੀਂ ਆਪਣੇ ਫੋਨ ਦੇ ਵਿੱਚ ਸਾਡੀ ਪ੍ਰਾਈਮ ਏਸ਼ੀਆ ਟੀ ਵੀ ਦੀ ਐਪ ਡਾਊਨਲੋਡ ਕਰ ਲਓ ਜੀ, ਜਿੱਥੇ ਮਰਜ਼ੀ ਤੁਸੀਂ ਜਦੋਂ ਮਰਜ਼ੀ ਦੇਖ ਸਕਦੇ ਹਾਂ। ਫਿਲਹਾਲ ਇਜਾਜ਼ਤ ਆ, ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀ ਵੀ, ਤੁਹਾਡਾ ਆਪਣਾ ਤੁਹਾਡੇ ਲਈ। If you like this video, please subscribe to the channel, like and share this video.